ਤੇ ਅੱਜ ਆਪਾਂ ਲਹੂ ਦੇ ਬਾਰੇ ਵਿੱਚ ਸਿੱਖਣਾ, ਕਿਉਂਕਿ ਇੱਥੇ ਲਿਖਿਆ ਆ ਇਹ ਕਲੀਸਿਆ ਲਹੂ ਦੇ ਨਾਲ ਜਿਹੜੀ ਆ ਉਹ ਮੁੱਲ ਲਈ ਗਈ ਆ। ਹਾਲੇਲੂਇਆ। ਤੁਸੀਂ ਸਧਾਰਨ ਨਹੀਂ, ਤੁਹਾਡੀ ਬਹੁਤ ਵੱਡੀ ਕੀਮਤ ਅਦਾ ਕੀਤੀ ਗਈ ਆ। ਤੇ ਜਿਹੜਾ ਲਹੂ ਆ, ਲਹੂ ਦੇ ਵਿੱਚ ਕਿੰਨੀ ਤਾਕਤ ਆ। ਜੇ ਇੱਕ ਸਧਾਰਨ ਬੰਦੇ ਦਾ ਜਿਹੜਾ ਲਹੂ ਆ, ਜਿਹੜਾ ਆਪਣੇ ਜਿਸਮ ਦੇ ਵਿੱਚ ਬਲੱਡ ਆ, ਐਚ ਬੀ ਜਿਹਨੂੰ ਕਹਿੰਦੇ ਆ, ਹੋਮੋਗਲੋਬਿਨ, ਜੇ ਇਹਦੇ ਵਿੱਚ ਕਮੀ ਆ ਜਾਵੇ ਤਾਂ ਸਰੀਰ ਦੇ ਵਿੱਚ ਕੀ ਨੁਕਸਾਨ ਹੁੰਦੇ ਆ? ਸਾਹ ਲੈਣ ਦੇ ਵਿੱਚ ਕਮੀ ਹੋਣ ਲੱਗ ਜਾਂਦੀ ਆ, ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਆ, ਸਰੀਰ ਥੱਕਿਆ ਥੱਕਿਆ ਰਹਿਣ ਲੱਗ ਜਾਂਦਾ ਆ। ਜੇ ਕਿਸੇ ਰੋਗੀ ਦੇ ਕੋਲੇ ਜਿਹਦੇ 'ਚ ਖੂਨ ਦੀ ਕਮੀ ਆ, ਉਹ ਬੰਦਾ ਕਿਸੇ ਬਿਮਾਰ ਵਿਅਕਤੀ ਦੇ ਕੋਲੇ ਚਲੇ ਜਾਵੇ ਤੇ ਉਸ ਬਿਮਾਰ ਵਿਅਕਤੀ ਦੀ ਬਿਮਾਰੀ ਝੱਟ ਦੇਣੀ ਉਹਨੂੰ ਲੱਗ ਜਾਂਦੀ ਆ। ਤੇ ਜੇ ਉਹ ਖੂਨ ਨੂੰ ਪੂਰਾ ਕਰਨ ਦਾ ਕੋਈ ਹਿੱਲਾ ਵਸੀਲਾ ਨਾ ਕਰੇ, ਟ੍ਰੀਟਮੈਂਟ ਨਾ ਕਰਵਾਏ, ਤਾਂ ਫਿਰ ਇਹ ਇੱਕ ਭਿਆਨਕ ਬਿਮਾਰੀ ਬਣ ਜਾਂਦੀ ਤੇ ਉਹਦੀ ਮੌਤ ਦਾ ਵੀ ਕਾਰਨ ਬਣ ਜਾਂਦੀ ਆ। ਤੁਸੀਂ ਸੋਚੋ ਖੂਨ ਦੇ ਵਿੱਚ ਇੰਨੀ ਤਾਕਤ ਆ। ਤੇ ਜੇ ਖੂਨ ਪੂਰਾ ਆ, ਉਹ ਬੰਦਾ ਰਿਸ਼ਟ ਪੁਸ਼ਟ ਆ, ਤੰਦਰੁਸਤ ਆ, ਉਹਨੂੰ ਆਕਸੀਜਨ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਉਹਨੂੰ ਥਕਾਵਟ ਕੋਈ ਨਹੀਂ ਹੁੰਦੀ, ਉਹ ਜ਼ਿਆਦਾ ਖੁਸ਼ ਰਹਿੰਦਾ ਆ। ਪਰ ਜਿਹਦੇ 'ਚ ਖੂਨ ਦੀ ਕਮੀ, ਉਹ ਜ਼ਿਆਦਾ ਚਿੜਚਿੜ ਕਰਦਾ, ਉਦਾਸ ਜ਼ਿਆਦਾ ਰਹਿੰਦਾ ਆ, ਥੱਕਿਆ ਟੁੱਟਿਆ ਰਹਿੰਦਾ ਆ। ਜੇਕਰ ਸਧਾਰਨ ਖੂਨ ਜਿਹੜਾ ਇਨਸਾਨੀ ਆ ਉਹਦੇ ਵਿੱਚ ਇੰਨੀ ਤਾਕਤ ਆ, ਤੇ ਜਸਟ ਥਿੰਕ ਅਬਾਊਟ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਲਹੂ ਦੇ ਵਿੱਚ ਕਿੰਨੀ ਸਾਮਰਥ ਆ, ਕਿੰਨਾ ਪਾਵਰਫੁੱਲ ਆ ਪ੍ਰਭੂ ਯਿਸੂ ਮਸੀਹ ਜੀ ਦਾ ਜ਼ਿੰਦਾ ਲਹੂ। ਜਿੱਦਾਂ ਸਾਡੇ ਜਿਸਮ ਨੂੰ ਖੂਨ ਦੀ ਜ਼ਰੂਰਤ ਆ ਜ਼ਿੰਦਾ ਰਹਿਣ ਦੇ ਲਈ, ਕਿਉਂਕਿ ਜੇ ਇਹਦੇ ਅੰਦਰ ਖੂਨ ਨਹੀਂ ਹੋਊਗਾ, ਕਈ ਵਾਰੀ ਕਿਸੇ ਦਾ ਐਕਸੀਡੈਂਟ ਹੋ ਜਾਵੇ ਤਾਂ ਡਾਕਟਰ ਕੀ ਕਹਿੰਦੇ, ਜ਼ਿਆਦਾ ਖੂਨ ਵਹਿਣ ਦਾ ਕਰਕੇ ਇਹ ਜਿਹੜਾ ਆ ਇਹ ਹੁਣ ਕੌਨਸ਼ੀਅਸ ਨਹੀਂ ਆ, ਇਹ ਬੇਹੋਸ਼ ਹੋ ਗਿਆ ਆ, ਜਾਂ ਖੂਨ ਇਹਦਾ ਇੰਨਾ ਵਹਿ ਗਿਆ ਵੀ ਹੁਣ ਇਹ ਬਚ ਨਹੀਂ ਸਕਦਾ, ਜਾਂ ਇਹ ਖੂਨ ਦੀ ਕਮੀ ਨਾਲ ਮਰ ਗਿਆ ਆ। ਇਹਦਾ ਮਤਲਬ ਖੂਨ ਦੇ ਵਿੱਚ ਜੀਵਨ ਆ। ਹਾਲੇਲੂਇਆ। ਕੀ ਆ ਖੂਨ ਦੇ ਵਿੱਚ? ਖੂਨ ਦੇ ਵਿੱਚ ਜੀਵਨ ਆ। ਜਿੱਦਾਂ ਜਿਸਮ ਨੂੰ ਜ਼ਿੰਦਾ ਰਹਿਣ ਦੇ ਲਈ ਖੂਨ ਦੀ ਜ਼ਰੂਰਤ ਆ, ਇੱਦਾਂ ਹੀ ਸਾਡੇ ਆਤਮਾ ਨੂੰ ਜ਼ਿੰਦਾ ਰਹਿਣ ਦੇ ਲਈ ਆਤਮਕ ਖੂਨ ਦੀ ਜ਼ਰੂਰਤ ਆ। ਹਾਲੇਲੂਇਆ। ਔਰ ਸਾਡੇ ਆਤਮਾ ਦੇ ਲਈ ਆਤਮਕ ਖੂਨ ਦਾ ਇੰਤਜ਼ਾਮ ਕੀਤਾ ਗਿਆ ਆ। ਜਿੱਦਾਂ ਆਤਮਾ ਦੀਆਂ ਚੀਜ਼ਾਂ ਅਦ੍ਰਿਸ਼ ਆ, ਇਨਵਿਜ਼ੀਬਲ ਆ, ਦਿਖਾਈ ਨਹੀਂ ਦਿੰਦੀਆਂ, ਇਸੇ ਤਰ੍ਹਾਂ ਹੀ ਆਤਮਾ ਨੂੰ ਜਿਹੜੀਆਂ ਚੀਜ਼ਾਂ ਖੁਰਾਕ ਦੇ ਰੂਪ ਦੇ ਵਿੱਚ ਚਾਹੀਦੀਆਂ ਤੇ ਮਿਲਦੀਆਂ ਆ, ਉਹ ਵੀ ਇਨਵਿਜ਼ੀਬਲ ਆ, ਉਹ ਵੀ ਅਦ੍ਰਿਸ਼ ਆ, ਦਿਖਾਈ ਨਹੀਂ ਦਿੰਦੀਆਂ। ਜਿੱਦਾਂ ਤੁਹਾਡੇ ਮਨ ਦੀ ਖੁਆਇਸ਼ ਜਿਹੜੀ ਆ ਉਹ ਦਿਖਾਈ ਨਹੀਂ ਦਿੰਦੀ, ਪਰ ਤੁਸੀਂ ਬੋਲ ਕੇ ਦੱਸਦੇ ਤੁਹਾਡੇ ਮਨ ਨੂੰ ਪਤਾ ਕਿ ਮੇਰੀ ਖੁਆਇਸ਼ ਆ। ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਤਮਕ ਆ ਉਹ ਦਿਖਾਈ ਨਹੀਂ ਦਿੰਦੀਆਂ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਹੈ ਨਹੀਂ। ਹੁਣ ਕੋਈ ਬੰਦਾ ਕਹਿੰਦਾ ਮੈਂ ਤੁਹਾਨੂੰ ਬਹੁਤ ਪ੍ਰੇਮ ਕਰਦਾ ਆ, ਜਾਂ ਮੈਂ ਤੁਹਾਡੀ ਬਹੁਤ ਕੇਅਰ ਕਰਦਾ ਆ, ਹੁਣ ਉਹ ਚੀਜ਼ ਦਿਖਾਈ ਨਹੀਂ ਦੇ ਰਹੀ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਪ੍ਰੇਮ ਹੈ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਕੇਅਰ ਜਿਹੜੀ ਆ ਉਹ ਹੈ ਨਹੀਂ ਆ। ਉਹ ਹੈ ਪਰ ਉਹ ਨਜ਼ਰ ਨਹੀਂ ਆਉਂਦੀ। ਕਦੋਂ ਨਜ਼ਰ ਆਉਂਦੀ? ਜਦੋਂ ਉਹਨੂੰ ਅਮਲਾਂ ਦੇ
ਆਉਂਦਾ ਆ ਫਿਰ ਉਹ ਚੀਜ਼ ਨਜ਼ਰ ਆਉਂਦੀ ਆ। ਹਾਲੇਲੂਇਆ। ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ ਦਾ ਜ਼ਿੰਦਾ ਲਹੂ ਆ। ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਵਹਿਮ ਰਹਿੰਦਾ, ਉਹ ਤਾਂ ਹਜ਼ਾਰਾਂ ਸਾਲ ਪਹਿਲਾਂ ਕੰਮ ਹੋ ਗਿਆ, ਹੁਣ ਕਿੱਦਾਂ ਸਾਨੂੰ ਉਹ ਲਹੂ ਮਿਲੂਗਾ? ਭਾਵੇਂ ਹਜ਼ਾਰਾਂ ਸਾਲ ਪਹਿਲਾਂ ਹੋ ਚੁੱਕਿਆ ਆ, ਪਰ ਉਹ ਜ਼ਿੰਦਾ ਆ ਅੱਜ ਵੀ ਉਹਨਾਂ ਦੇ ਲਈ ਜਿਹੜੇ ਕਹਿੰਦੇ ਸਾਨੂੰ ਮਿਲੇ, ਕਿਉਂਕਿ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ। ਜੇ ਤੁਸੀਂ ਨੇਚਾ ਕਰਦੇ ਆ ਫਿਰ ਤੁਹਾਡੇ ਲਈ ਉਹ ਲਹੂ ਅੱਜ ਵੀ ਅਵੇਲੇਬਲ ਆ, ਅੱਜ ਵੀ ਉਸ ਲਹੂ ਦੇ ਵਿੱਚ ਜੀਵਨ ਆ, ਅੱਜ ਵੀ ਉਸੇ ਲਹੂ ਦੇ ਦੁਆਰਾ ਤੁਹਾਡੇ ਜਿਹੜੇ ਪਾਪ ਆ ਉਹ ਮਾਫ ਹੁੰਦੇ ਆ। ਹਾਲੇਲੂਇਆ। ਜਦੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਿਹੜਾ ਜਿੰਦਾ ਲਹੂ ਆ ਉਹਦੀ ਕਮੀ ਸਾਡੇ ਆਤਮਾ ਨੂੰ ਹੁੰਦੀ ਆ ਤਾਂ ਫਿਰ ਕੀ ਪ੍ਰੋਬਲਮ ਆਉਂਦੀ ਆ? ਕਈ ਲੋਕੀ ਕਹਿੰਦੇ ਸਾਡਾ ਨਾ ਮਨ ਬੁਝਿਆ ਬੁਝਿਆ ਜਿਹਾ ਰਹਿੰਦਾ ਆ, ਭਾਵੇਂ ਜਿੰਨੀ ਮਰਜ਼ੀ ਘਰ ਦੇ ਵਿੱਚ ਖੁਸ਼ੀ ਹੋਵੇ ਹੱਸਣ ਨੂੰ ਜੀ ਨਹੀਂ ਕਰਦਾ। ਹੁੰਦਾ ਕਿਸੇ ਕਿਸੇ ਨਾਲ ਏਦਾਂ ਕਿ ਨਹੀਂ ਹੁੰਦਾ? ਕਿੰਨਿਆਂ ਨਾਲ ਹੁੰਦਾ ਏਦਾਂ? ਹੱਥ ਹੋ ਰਹੇ ਆ ਖੜੇ। ਇਹਦਾ ਮਤਲਬ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਲਹੂ ਦੀ ਕਮੀ ਹੈ, ਤੁਹਾਡੇ ਆਤਮਾ ਨੂੰ ਇੱਕ ਜ਼ਿੰਦਾ ਖੂਨ ਦੀ ਜ਼ਰੂਰਤ ਆ, ਤੁਹਾਡੇ ਆਤਮਾ ਨੂੰ ਇੱਕ ਐਨਰਜੀ ਦੀ ਜ਼ਰੂਰਤ ਆ ਜਿਹੜੀ ਲਹੂ ਦੇ ਵਿੱਚ ਆ, ਪਵਿੱਤਰ ਲਹੂ ਦੇ ਵਿੱਚ ਆ। ਆਪਾਂ ਦੇਖਿਆ ਇਨਸਾਨੀ ਲਹੂ ਜਦੋਂ ਘੱਟ ਜਾਂਦਾ ਆ ਜਿਸਮ ਦੇ ਵਿੱਚੋਂ ਤਾਂ ਇਨਸਾਨ ਉਦਾਸ ਰਹਿੰਦਾ ਆ, ਇੱਦਾਂ ਡਾਕਟਰਸ ਦੱਸਦੇ ਆ, ਇੱਦਾਂ ਉਹਨਾਂ ਦੇ ਤਜਰਬੇ, ਉਹਨਾਂ ਦਾ ਵਿਗਿਆਨ ਤੇ ਗਿਆਨ ਦੱਸਦਾ ਆ ਕਿ ਜਦੋਂ ਖੂਨ ਦੀ ਕਮੀ ਆਉਂਦੀ ਉਹ ਬੰਦਾ ਚਿੜਚਿੜਾ ਹੋ ਜਾਂਦਾ ਆ, ਉਹਦਾ ਹੱਸਣ ਨੂੰ ਜੀ ਨਹੀਂ ਕਰਦਾ, ਉਹਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਉਹ ਉਦਾਸ ਰਹਿੰਦਾ ਆ। ਤੇ ਜੇ ਤੁਸੀਂ ਐਚ ਬੀ ਚੈੱਕ ਕਰਾਇਆ ਆ, ਤੁਹਾਡੀ ਰਿਪੋਰਟ ਆਈ ਵੀ ਤੁਹਾਡਾ 12 ਗ੍ਰਾਮ 12.5 ਗ੍ਰਾਮ ਖੂਨ ਆ, ਤੁਹਾਡਾ 14 ਗ੍ਰਾਮ ਖੂਨ ਆ, ਫਿਰ ਵੀ ਹੱਸਣ ਨੂੰ ਜੀ ਨਹੀਂ ਕਰਦਾ। ਘਰ ਵਿੱਚ ਖਾਣ ਨੂੰ ਵੀ 36 ਪ੍ਰਕਾਰ ਦੇ ਵਿਅੰਜਨ ਆ, ਫਿਰ ਵੀ ਖਾਣ ਨੂੰ ਜੀ ਨਹੀਂ ਕਰ ਰਿਹਾ। ਪਹਿਨਣ ਨੂੰ ਕੱਪੜੇ ਬਹੁਤ ਸੋਹਣੇ ਆ, ਫਿਰ ਵੀ ਮਨ ਖੁਸ਼ ਨਹੀਂ ਹੋ ਰਿਹਾ। ਇਹਦਾ ਮਤਲਬ ਤੁਹਾਡੇ ਆਤਮਾ ਨੂੰ ਕਿਸੇ ਚੰਗੀ ਚੀਜ਼ ਦੀ ਜ਼ਰੂਰਤ ਆ, ਤੁਹਾਡੇ ਆਤਮਾ ਦੇ ਵਿੱਚ ਕਿਸੇ ਚੀਜ਼ ਦੀ ਡੈਫੀਸ਼ੀਐਂਸੀ ਆ, ਕਮੀ ਆਈ ਹੋਈ ਆ। ਜਦੋਂ ਆਤਮਾ ਕਮਜ਼ੋਰ ਹੁੰਦਾ ਆ ਉਹ ਬੁਝਣਾ ਸ਼ੁਰੂ ਹੋ ਜਾਂਦਾ ਆ। ਕਈ ਕਹਿੰਦੇ ਸਾਥੋਂ ਹੋਰ ਬੋਝ ਨਹੀਂ ਚੱਲ ਹੁੰਦਾ, ਅਸੀਂ ਤਾਂ ਥੱਕ ਗਏ ਆ, ਸਾਥੋਂ ਹੋਰ ਨਹੀਂ ਦੁੱਖ ਚੱਕ ਹੁੰਦੇ, ਬਸ ਹੋ ਗਈ ਸਾਡੀ। ਤੇ ਜਦੋਂ ਜਿਸਮਾਨੀ ਖੂਨ ਦੀ ਕਮੀ ਹੁੰਦੀ ਆ ਕੀ ਹੁੰਦਾ ਆ? ਉਹ ਵੀ ਥੋੜਾ ਜਿਹਾ ਤੁਰ ਕੇ ਕਹਿੰਦਾ ਮੈਥੋਂ ਨਹੀਂ ਤੁਰ ਹੁੰਦਾ, ਮੈਨੂੰ ਹੁਣ ਸਾਹ ਚੜਦਾ ਆ, ਮੈਨੂੰ ਸਾਹ ਲੈਣ 'ਚ ਪ੍ਰੋਬਲਮ ਹੁੰਦੀ ਆ। ਤੇ ਜਦੋਂ ਆਤਮਾ ਕਮਜ਼ੋਰ ਹੁੰਦਾ ਆ, ਆਤਮਿਕ ਜੀਵਨ ਦੇ ਵਿੱਚ ਜਦੋਂ ਪਾਕ ਲਹੂ ਦੀ ਕਮੀ ਆਉਂਦੀ ਆ, ਤੁਸੀਂ ਥੋੜ੍ਹੀ ਜਿਹੀ ਵੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਕਹਿੰਦੇ ਨੋ ਇਟਸ ਇਨਫ, ਇੰਨਾ ਹੀ ਬਹੁਤ ਆ, ਹੋਰ ਨਹੀਂ ਮੇਰੇ ਤੋਂ ਹੋਣਾ। ਤੁਸੀਂ ਕਰ ਨਹੀਂ ਪਾਉਂਦੇ ਕਿਉਂਕਿ ਤੁਹਾਡੇ ਆਤਮਿਕ ਜੀਵਨ ਦੇ ਵਿੱਚ ਕਮੀ ਆ ਚੁੱਕੀ ਆ। ਜਦੋਂ ਸਰੀਰਕ ਖੂਨ ਦੀ ਕਮੀ ਹੁੰਦੀ ਤਾਂ ਆਪਾਂ ਦੇਖਿਆ ਕਿ ਜਿਹੜਾ ਜਿਹਨੂੰ ਖੂਨ ਦੀ ਕਮੀ, ਜਦੋਂ ਕਿਸੇ ਰੋਗੀ ਕੋਲੇ ਜਾਂਦਾ, ਫਰਜ਼ ਰੱਖ ਲਓ ਜਿਹਨੂੰ ਫਲੂ ਹੋਇਆ, ਜਿਹਨੂੰ ਛਿੱਕਾਂ ਲੱਗੀਆਂ, ਜ਼ੁਕਾਮ ਹੋਇਆ, ਉਹਦੇ ਕੋਲੇ ਖੂਨ ਦੀ ਕਮੀ ਵਾਲਾ ਬੰਦਾ ਚਲੇ ਗਿਆ, ਕਿਸੇ ਨੇ ਉਹਦੇ ਲਾਗੇ ਛਿੱਕ ਮਾਰੀ, ਕੀ ਹੋਣਾ? ਉਹਨੇ ਛਿੱਕਾਂ ਮਾਰਦੇ ਮੁੜਨਾ ਹੈ।
ਉਹਦਾ ਇਮਿਊਨ ਸਿਸਟਮ ਵੀਕ ਹੋ ਜਾਂਦਾ ਆ, ਐਲਰਜੀ ਨੂੰ ਛੇਤੀ ਕੈਚ ਕਰਦਾ ਆ। ਤੇ ਜਿਹੜਾ ਬੰਦਾ ਆਤਮਕ ਰੀਤੀ ਦੇ ਨਾਲ ਕਮਜ਼ੋਰ ਹੁੰਦਾ, ਜਿਹਦੇ ਜੀਵਨ 'ਚ ਪ੍ਰਭੂ ਯਿਸੂ ਮਸੀਹ ਦਾ ਲਹੂ ਨਹੀਂ ਆ, ਉਹ ਜਦੋਂ ਕਿਸੇ ਆਤਮਕ ਕਮਜ਼ੋਰ ਬੰਦੇ ਕੋਲ ਜਾਂਦਾ ਜਿਹੜਾ ਖੁਦ ਨੇਚਾਹੀਣ ਆ, ਜਦੋਂ ਨੇਚਾਹੀਣ ਬੰਦੇ ਦੇ ਕੋਲ ਜਾਂਦਾ ਆ, ਉੱਥੋਂ ਨਿਰਾਸ਼ਾ ਵਾਲੀਆਂ ਗੱਲਾਂ ਸੁਣਦਾ, ਆਪਣੀਆਂ ਆਸ ਉਦੋਂ ਹੀ ਛੱਡ ਦਿੰਦਾ, ਉਹ ਪੁੱਠੀਆਂ ਗੱਲਾਂ ਕਰਦਾ ਹੀ ਫਿਰ ਘਰ ਨੂੰ ਤੁਰਿਆ ਆਉਂਦਾ ਹੈ। ਉਹ ਫਿਰ ਇੱਦਾਂ ਹੀ ਕਰਦਾ ਹੁੰਦਾ, ਕੁਛ ਨਹੀਂ ਹੋਣਾ, ਉਹ ਦੁਨੀਆਂ 'ਤੇ ਬਸ ਰੋਣਾ ਧੋਣਾ ਹੀ ਆ, ਰੋਂਦਿਆਂ ਪਿੱਟਦਿਆਂ ਹੀ ਤੁਰ ਜਾਣਾ ਸਾਰਿਆਂ ਨੇ। ਉਹ ਸਾਡੇ ਬਾਬਿਆਂ ਨੇ ਜ਼ੋਰ ਲਾ ਲਿਆ, ਸਾਡੇ ਬੁੱਢੇ ਮਰ ਗਏ, ਇੱਦਾਂ ਉਹ ਨਹੀਂ ਕਰਜ਼ੇ ਹੇਠੋਂ ਨਿਕਲੇ, ਸਾਡੇ ਜਵਾਕਾਂ ਤੋਂ ਕੀ ਕਰ ਹੋਣਾ ਆ। ਉਹ ਫਿਰ ਨਿਰਾਸ਼ਾ ਵਾਲੀਆਂ ਹੀ ਗੱਲਾਂ ਬੋਲਦਾ ਆ, ਕਿਉਂ? ਕਿਉਂਕਿ ਉਹਨੂੰ ਕਮੀ ਆ, ਜੀਵਨ ਦਾ ਲਹੂ ਉਹਦੇ ਅੰਦਰ ਨਹੀਂ ਆ ਜਿਹੜਾ ਉਹਨੂੰ ਸਟਰੈਂਥ ਦੇਵੇ, ਜਿਹੜਾ ਉਹਨੂੰ ਸਮਰਥ ਬਖਸ਼ੇ। ਉਹ ਜਦੋਂ ਇੱਕ ਆਤਮਕ ਰੋਗੀ ਦੇ ਕੋਲ ਜਾਂਦਾ ਆ, ਤੇ ਫਿਰ ਆਤਮਕ ਰੋਗ ਲਵਾ ਕੇ ਆ ਜਾਂਦਾ ਆ। ਜੇ ਤੁਸੀਂ ਇਹਨਾਂ ਸਾਰੀਆਂ ਹੀ ਕਮੀਆਂ ਚੋਂ ਬਾਹਰ ਆਉਣਾ ਚਾਹੁੰਦੇ ਆ, ਤੇ ਅੱਜ ਪਰਮੇਸ਼ਵਰ ਜੀ ਨੇ ਤੁਹਾਡੇ ਲਈ ਇੰਤਜ਼ਾਮ ਕੀਤਾ ਆ। ਹਾਲੇਲੂਇਆ, ਤੁਸੀਂ ਅੱਜ ਆ ਸਕਦੇ ਆ, ਤੇ ਆਪਾਂ ਦੇਖਣਾ ਆ ਪਵਿੱਤਰ ਵਚਨ ਦੇ ਰਾਹੀਂ ਵੀ ਕਿੱਦਾਂ ਆਪਾਂ ਜਿਹੜਾ ਆ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਆ ਸਕਦੇ ਹਾਂ। ਆ ਜਾਓ ਆਪਾਂ ਦੇਖਦੇ ਹਾਂ ਇਬਰਾਨੀਆਂ ਦੀ ਕਿਤਾਬ ਦੇ ਵਿੱਚ ਆਪਾਂ ਚੱਲਦੇ ਹਾਂ, ਉਹਦਾ 9 ਅਧਿਆਏ ਅਤੇ ਉਹਦੀ 12 ਤੋਂ 14 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ। ਇੱਥੇ ਲਿਖਿਆ, ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਉਹ ਬੱਕਰਿਆਂ ਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ, ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ। ਕਿਉਂਕਿ ਜੇ ਬੱਕਰਿਆਂ ਅਤੇ ਵੈੜਕਿਆਂ ਦਾ ਲਹੂ ਅਤੇ ਵੈੜ ਦੀ ਸੁਆਹ ਜਿਹੜੀ ਭ੍ਰਿਸ਼ਟਾਂ ਉੱਤੇ ਧੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ, ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਹਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਵਰ ਦੇ ਅੱਗੇ ਚੜਾਇਆ, ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ, ਭਈ ਤੁਸੀਂ ਜਿਉਂਦੇ ਪਰਮੇਸ਼ਵਰ ਦੀ ਉਪਾਸਨਾ ਕਰੋ। ਹਾਲੇਲੂਇਆ। ਪਿਛਲੇ ਸਮਿਆਂ ਦੇ ਵਿੱਚ ਜਦੋਂ ਕੋਈ ਮਨੁੱਖ ਗਲਤੀ ਕਰਦਾ ਸੀ, ਗੁਨਾਹ ਕਰਦਾ ਸੀ, ਤੇ ਐਵਰੀ ਈਅਰ ਸਾਲ ਦੇ ਸਾਲ ਉਹ ਆਪਣੇ ਗੁਨਾਹਾਂ ਨੂੰ ਮਾਫ ਕਰਾਉਣ ਦੇ ਲਈ ਬਲੀਆਂ ਦਿਆ ਕਰਦੇ ਸੀ। ਤੇ ਫਿਰ ਕੀ ਹੁੰਦਾ ਸੀ, ਜਿਹੜੀ ਬਲੀ ਦਿੱਤੀ ਜਾਂਦੀ ਸੀ ਉਹ ਜ਼ੂਫੇ ਦੀ ਕੂਚੀ ਉਹਦੇ ਚ ਭੇਂ ਕੇ ਉਸ ਲਹੂ ਦੇ ਵਿੱਚ, ਤੇ ਜਿਹੜੇ ਲੋਕ ਉੱਥੇ ਹੁੰਦੇ ਸੀ ਉਹਨਾਂ ਦੇ ਉੱਤੇ ਇੱਦਾਂ ਕਰਕੇ ਲਹੂ ਛਿੜਕ ਦਿੱਤਾ ਜਾਂਦਾ ਸੀਗਾ। ਤੇ ਫਿਰ ਉਹ ਜਿਹੜਾ ਜਾਨਵਰ ਸੀ ਉਹਨੂੰ ਸਾੜਿਆ ਜਾਂਦਾ ਸੀ, ਤੇ ਉਹਦੀ ਜਿਹੜੀ ਸਵਾਹ ਸੀਗੀ ਉਹ ਗੁਨਾਹਗਾਰ ਦੇ ਉੱਤੇ ਪਾ ਦਿੱਤੀ ਜਾਂਦੀ ਸੀ। ਤੇ ਫਿਰ ਇਹ ਯਕੀਨ ਕਰ ਲਿਆ ਜਾਂਦਾ ਸੀਗਾ ਕਿ ਹੁਣ ਇਹਦੇ ਪਾਪ ਜਿਹੜੇ ਆ ਉਹ ਮਾਫ ਹੋ ਗਏ। ਤਾਂ ਵਚਨ ਵਿੱਚ ਲਿਖਿਆ, ਕਹਿੰਦਾ ਜੇ ਵੈੜਕਿਆਂ ਦਾ ਲਹੂ ਤੇ ਵੈੜਿਆਂ ਦੀ ਸਵਾਹ ਇੱਕ ਭ੍ਰਿਸ਼ਟ ਵਿਅਕਤੀ ਨੂੰ ਉਹਦੇ ਗੁਨਾਹ ਤੋਂ ਛੁਟਕਾਰਾ ਦਿੰਦੀ, ਤੇ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਕਿੰਨਾ ਹੀ ਵਧੀਕ ਸਾਡੇ ਲਈ ਕੰਮ ਕਰਦਾ ਆ। ਹਾਲੇਲੂਇਆ। ਔਰ ਉਹ ਕੰਮ ਹਰ ਸਾਲ ਕਰਨਾ ਪੈਂਦਾ ਸੀ, ਪਰ ਇੱਥੇ ਕੀ ਲਿਖਿਆ ਆ, ਕਹਿੰਦਾ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ, ਸਗੋਂ ਆਪਣੇ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ। ਸਦੀਪਕ ਨਿਸਤਾਰਾ ਹਮੇਸ਼ਾ ਦੇ ਛੁਟਕਾਰੇ ਦਾ ਇੰਤਜ਼ਾਮ ਕਰਕੇ ਇੱਕੋ ਵਾਰੀ ਗਿਆ।
ਬਾਰ ਬਾਰ ਪ੍ਰਭੂ ਯੇਸੂ ਮਸੀਹ ਜੀ ਨੇ ਬਲੀਦਾਨ ਨਹੀਂ ਹੋਣਾ ਕਿ ਹੁਣ ਇੰਨੇ ਹਜ਼ਾਰ ਲਈ ਹੋ ਗਏ, ਹੁਣ ਇੰਨੇ ਹਜ਼ਾਰ ਲਈ ਹੋ ਗਏ, ਹੁਣ ਇੰਨੇ ਹਜ਼ਾਰ ਲਈ ਹੋ ਗਏ। ਉਹ ਐਸਾ ਬਲੀਦਾਨ ਹੈ ਜਿਹੜਾ ਇੱਕੋ ਵਾਰੀ ਹੋ ਗਿਆ ਸਾਰਿਆਂ ਦੀ ਮਾਫੀ ਦੇ ਲਈ। ਪਰ ਮਾਫੀ ਮਿਲਣੀ ਉਹਨਾਂ ਨੂੰ ਆ ਜਿਹੜੇ ਯਕੀਨ ਕਰਨਗੇ ਕਿ ਮੇਰੇ ਗੁਨਾਹਾਂ ਦੇ ਲਈ ਪ੍ਰਭੂ ਯੇਸੂ ਮਸੀਹ ਜੀ ਬਲੀਦਾਨ ਹੋਏ ਆ। ਹਾਲੇਲੂਇਆ।